ਜੀ ਆਇਆਂ ਨੂੰ ਅੱਜ ਦੇ ਪੰਜਾਬੀ ਵੀਲੌਗ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਕਿਸ ਤਰੀਕੇ ਨਾਲ ਔਰ ਕਿਸ ਵੇਲੇ ਨਵਾਜ਼ ਸ਼ਰੀਫ ਰੰਗਬਾਜ਼ ਤੋਂ ਕਬੂਤਰਬਾਜ਼ ਦੇ ਵਿੱਚ ਕਨਵਰਟ ਹੋ ਗਿਆ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਕੋਈ ਕੰਮ ਵੀ ਸ਼ਰੀਫ ਖਾਨਦਾਨ ਕਰੇ ਉਹਦੇ ਵਿੱਚ ਦੋ ਨੰਬਰੀ ਨਾ ਕਰੇ ਝੂਠ ਨਾ ਬੋਲੇ ਮਕਾਰੀ ਨਾ ਕਰੇ ਇਹ ਮੁਮਕਿਨ ਨਹੀਂ ਹੈਗਾ ਪਰ ਸਾਨੂੰ ਇਹ ਲੱਗਦਾ ਸੀ ਇਹ ਕੰਮ ਉਹ ਪਾਕਿਸਤਾਨੀਆਂ ਨਾਲ ਹੀ ਕਰਦੇ ਹੋਣਗੇ ਆਵਾਮ ਨਾਲ ਹੀ ਜਾਨਵਰ ਤੇ ਮਾਸੂਮ ਪਰਿੰਦਿਆਂ ਨਾਲ ਤਾਂ ਨਹੀਂ ਕਰਨਗੇ ਉਹਨਾਂ ਉਹੀ ਦੋ ਨੰਬਰੀ ਜਿਹੜੀ ਹੈ ਉਹ ਮਾਸੂਮ ਪਰਿੰਦਿਆਂ ਨਾਲ ਵੀ ਕਰ ਛੱਡੀ ਪਿਛਲੇ ਦਿਨੋਂ ਤੁਸੀਂ 21 ਅਕਤੂਬਰ ਨੂੰ ਕਾਇਦੇ ਕਿਲਤ ਦਾ ਜਿਹੜਾ ਲਾਹੌਰ ਦੇ ਵਿੱਚ ਜਲਸਾ ਸੀ ਉਹ ਤੇ ਇੰਜ ਕਰਕੇ ਕਾਇਦੇ ਕਿਲਤ ਨੇ ਹੱਥ ਦੇ ਉੱਤੇ ਕਬੂਤਰ ਭਾ ਕੇ ਤੁਹਾਨੂੰ ਦਿਖਾਇਆ ਤੇ ਫਿਰ ਇੱਕ ਮੁਸਕਰਾਹਟ ਸੀ ਤੇ ਫਿਰ ਜਿਨਨੇ ਲਫਾਫੇ ਸਨ ਪਾਕਿਸਤਾਨ ਚ ਨਾ ਸਾਰਿਆਂ ਟਵੀਟ ਕੀਤੇ ਆਹ ਕੀਆ ਖੂਬਸੂਰਤ ਮੂਮੈਂਟ ਹੈ ਜ਼ਬਰਦਸਤ ਅੱਜ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਉਣੇ ਤੇ ਤੁਹਾਨੂੰ ਵਿਖਾਣੇ ਹੈ ਕਿ ਖੂਬਸੂਰਤ ਮੂਮੈਂਟ ਜਿਹੜਾ ਸੀ ਨਾ ਉਹ ਇੱਕ ਫਿਲਮ ਦਾ ਹਿੱਸਾ ਸੀ ਸਕ੍ਰਿਪਟ ਦਾ ਹਿੱਸਾ ਸੀ ਕਬੂਤਰ ਐਵੇਂ ਨਹੀਂ ਸੀ ਗਰੀਬ ਬੈਠਾ ਕਬੂਤਰ ਨੂੰ ਪਤਾ ਨਹੀਂ ਕਿੰਨੀ ਵਾਰੀ ਫੇਰੇ ਦਿੱਤੇ ਗਏ ਸਨ ਪਹਿਲਾਂ ਤੇ ਕਿੰਨੀ ਰਿਹਰਸਲ ਕਰਵਾਈ ਗਈ ਸੀ ਉੱਥੇ ਨਵਾਜ਼ ਸ਼ਰੀਫ ਸਾਹਿਬ ਵਰਗਾ ਬੰਦਾ ਖੜਾ ਕਰਕੇ ਕਿ ਪੁੱਤਰ ਉੱਥੇ ਹੱਥ ਤੇ ਬਹਿਣਾ ਹੈ ਤੇ ਤੈਨੂੰ ਦਾਣਾ ਮਿਲਣਾ ਹੈ ਜਿਹੜੇ ਲੋਕ ਕਬੂਤਰਬਾਦੀ ਨੂੰ ਜਾਣਦੇ ਉਹਨਾਂ ਨੂੰ ਸਮਝਾ ਕੇ ਕਬੂਤਰਾਂ ਨੂੰ ਸਿਖਾ ਦਿਓ ਤੇ ਉਹ 50 ਮੀਲ ਤੋਂ ਬਾਅਦ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਆ ਕੇ ਬਹਿ ਸਕਦੇ ਨੇ ਬਲਕਿ 50 ਮੀਲ ਮੈਂ ਘੱਟ ਕਹਿ ਦਿੰਦੇ ਨੇ ਇਸ ਤੋਂ ਵੀ ਲੰਬਾ ਅਰਸਾ ਯਾਦ ਹੋਏਗਾ ਤੁਹਾਨੂੰ ਪੁਰਾਣੇ ਜ਼ਮਾਨਿਆਂ 'ਚ ਕਬੂਤਰਾਂ ਨੂੰ ਖਤੋ-ਖਤਾਬਤ ਆਸਤੇ ਇਸਤੇਮਾਲ ਕੀਤਾ ਜਾਂਦਾ ਸੀ ਤੇ ਉਹਨਾਂ ਨੂੰ ਜਦੋਂ ਸਿਖਾ ਦਿੱਤਾ ਜਾਂਦਾ ਸੀ ਉਹ ਉਸੇ ਬੰਦੇ ਨੂੰ ਹੀ ਖਤ ਦਿੰਦੇ ਸਨ ਹੋਰ ਕਿਸੇ ਬੰਦੇ ਨਹੀਂ ਸਲ ਦਿੰਦੇ ਤੇ ਇਹ ਇੱਕ ਵਾਰਾਂ ਸਿਖਾ ਦਿੱਤਾ ਜਾਏ ਕਬੂਤਰ ਨੂੰ ਤੇ ਫਿਰ ਉਹ ਉਹੀ ਕੰਮ ਕਰਦਾ ਹੈ ਬਹਰਾਲ ਇਹ ਸਾਰਾ ਵਾਕਿਆ ਤੁਹਾਡੇ ਸਾਹਮਣੇ ਰੱਖਾਂਗੇ ਲੇਕਿਨ ਉਸ ਤੋਂ ਪਹਿਲਾਂ ਛੋਟੀ ਜੀ ਗੱਲ ਵੀਡੀਓ ਵੀ ਵਿਖਾਵਾਂਗੇ ਸਬੂਤ ਵੀ ਵਿਖਾਵਾਂਗੇ ਤੇ ਗੱਲ ਵੀ ਰੱਖਾਂਗੇ ਲੇਕਿਨ ਉਸ ਤੋਂ ਪਹਿਲਾਂ ਛੋਟੀ ਜੀ ਗੱਲ ਉਹ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਤੇ ਬਾਜੀ ਮਰੀਮ 'ਚ ਇੱਕ ਗੱਲ ਬੜੀ ਕਾਮਨ ਹੈ ਦੋਵੇਂ ਜਰਾ ਥੋੜੇ ਜੇ ਫਿਲਮੀ ਨੇ ਦੋਵੇਂ ਜਰਾ ਥੋੜੇ ਜੇ ਖਾਬ ਦੇਖਦੇ ਨੇ ਵੱਡੇ ਵੱਡੇ ਖਾਬ ਦੇਖਦੇ ਨੇ ਮਸਲਨ ਨਵਾਸ਼ੀਬ ਸਾਹਿਬ ਨੇ ਪਹਿਲਾ ਵੱਡਾ ਖਾਬ ਇਹ ਵੇਖਿਆ ਕਿ ਉਹਨਾਂ ਨੇ ਹੀ ਹੀਰੋ ਬਣਨਾ ਹੈ ਫਿਲਮਾਂ ਦਾ ਤੇ ਉਹਨਾਂ ਇੱਕ ਫਿਲਮ ਦੇ ਵਿੱਚ ਉਹ ਪਿੱਛੇ ਜਿਹੜੇ ਬੰਦੇ ਤਾਥਈਆ ਤਾਥਈਆ ਕਰਦੇ ਨੇ ਇਹੋ ਜਿਹਾ ਵੀ ਕੋਈ ਕਿਰਦਾਰ ਸ਼ਾਇਦ ਅਦਾ ਕੀਤਾ ਰੰਗੀਲੇ ਦੀ ਫਿਲਮ ਸੀ ਸ਼ਾਇਦ ਇਹ ਮੈਂ ਮਜ਼ਾਕ ਨਹੀਂ ਕਰ ਰਿਹਾ ਸੱਚੀ ਗੱਲ ਹੈ ਲੇਕਿਨ ਉਹ ਗੱਲ ਬਣੀ ਨਾ ਫਿਰ ਉਹਨਾਂ ਆਖਿਆ ਮੈਂ ਕ੍ਰਿਕਟਰ ਬਣਨਾ ਹੈ ਕਿਉਂਕਿ ਉਹਨਾਂ ਦੇ ਨਾਲ ਜਿਹੜਾ ਕ੍ਰਿਕਟਰ ਸੋਹਣੇ ਹੁੰਦੇ ਸਣ ਇਮਰਾਨ ਖਾਨ ਵਰਗੇ ਇਹਨਾਂ ਆਖਿਆ ਮੈਂ ਵੀ ਕ੍ਰਿਕਟਰ ਬਣਨਾ ਹੈ ਜ ਹੀਰੋ ਨੇ ਅੰਦਰੋਂ ਤਬੀਅਤਾਂ ਤੇ ਉਹ ਇਹਨਾਂ ਨੂੰ ਦੱਸਿਆ ਵੀ ਜੇ ਟੀਮ ਦੇ ਵਿੱਚ ਹੋਣਾ ਹੈ ਨਾ ਤੇ ਉਸ ਵੇਲੇ ਟੀਮਾਂ ਖੇਲਦੀਆਂ ਸਨ ਰੇਲਵੇ ਦੀ ਆਰਮੀ ਦੀ ਨੈਸ਼ਨਲ ਬੈਂਕ ਦੀ ਫਲਾਨੇ ਬੈਂਕ ਦੀ ਇਸ ਤਰ੍ਹਾਂ ਅਦਾਰਿਆਂ ਦੀਆਂ ਟੀਮਾਂ ਹੁੰਦੀਆਂ ਸਨ ਇਹਨਾਂ ਨੂੰ ਆਖਿਆ ਰੇਲਵੇ ਦੀ ਟੀਮ ਹੁਣ ਰੇਲਵੇ ਦੀ ਟੀਮ ਆਸਤੇ ਫਿਰ ਕੁਲੀ ਭਰਤੀ ਹੋ ਗਏ ਝੂਠੇ ਤਰੀਕੇ ਨਾਲ ਇਹ ਵੀ ਮਬਈਨਾ ਤੌਰ ਤੇ ਰਿਪੋਰਟਡਲੀ ਆਖਿਆ ਜਾਂਦਾ ਹੁਣ ਕਾਗਜ਼ ਤੇ ਸਾਡੇ ਸਾਹਮਣੇ ਨਹੀਂ ਲੇਕਿਨ ਲੋਕੀ ਦੱਸਦੇ ਨੇ ਕਿ ਇੰਜ ਹੋਇਆ ਬਹਰਲੇ ਕ੍ਰਿਕਟਰ ਵੀ ਨਾ ਬਣ ਸਕੇ ਤੇ ਫਿਰ ਕਿਸੇ ਆਖਿਆ ਚਲੋ ਨਲਾਇਕ ਜਿਆ ਹੈਗਾ ਇਸ ਸਿਆਸਤ ਚੰਗਾ ਚੱਲ ਜਾਏਗਾ ਕਿਸੇ ਮੀਆਂ ਸ਼ਰੀਫ ਸਾਹਿਬ ਨੂੰ ਕਹੋ ਨਾ ਸਿਆਸਤਦਾਨ ਬਣਾ ਗਏ ਉਹ ਵਾਕਈ ਕੰਮ ਠੀਕ ਰਿਹਾ ਉੱਥੇ ਚੰਗਾ ਚੰਗਾ ਕੰਮ ਜਿਹੜਾ ਸੂਤਰ ਆਇਆ ਕਿਉਂਕਿ ਜਿਓ ਜੀ ਇਹਨਾਂ ਦੀ ਤਬੀਅਤ ਸੀ ਤੇ ਜਿਓ ਜੇ ਦਿਮਾਗ ਸੀ ਉਹ ਕਿਸੇ ਆਖਿਆ ਇਹ ਨਕਮਾ ਜੇਗਾ ਸਿਆਸਤ ਜਵਾਵਾ ਖਿੱਚ ਤਰੂ ਕਰ ਲੇਗਾ ਉਹ ਚੰਗੀ ਖਿੱਚ ਤਰੂ ਕੀਤੀ ਉਹਨੇ ਸਾਡੀ ਖਿੱਚ ਤਰੂ ਕਰਕੇ ਰੱਖਤੀ ਪੂਰੇ ਪਾਕਿਸਤਾਨ ਦੀ ਬਹਰਲ ਇਥੋਂ ਕੰਮ ਨਹੀਂ ਮੁੱਕਿਆ ਅੱਗੋਂ ਸਾਡੀ ਬਾਜੀ ਦੇ ਵੀ ਸ਼ੌਕ ਇਹੋ ਜਿਹੇ ਸਨ ਬਾਜੀ ਨੂੰ ਪਹਿਲਾਂ ਸ਼ੌਕ ਬਣਿਆ ਕਿ ਮੈਂ ਡਾਕਟਰ ਬਣਨਾ ਹੈ ਕਿਉਂਕਿ ਡਾਕਟਰ ਬਣਨਾ ਜ਼ਰਾ ਥੋੜਾ ਜਿਆ ਤੁਹਾਨੂੰ ਪਤਾ ਤੇ ਦੇ ਚ इज्जत ਵੀ ਹੁੰਦੀ ਹੈ ਬੰਦੇ ਦੀ ਬੰਦਾ ਡਾਕਟਰ ਤੇ ਤੋਂ ਲੇਡੀ ਡਾਕਟਰ ਹੋਏ ਤੇ ਫਿਰ ਹੋਰ ਵੀ ਜ਼ਿਆਦਾ ਇੱਜ਼ਤ ਹੁੰਦੀ ਹੈ ਤੇ ਬਾਜੀ ਨੂੰ ਪਹਿਲਾਂ ਤੇ ਕੋਟੇ ਤੇ ਮਿਲਿਆ ਦਾਖਲਾ ਜਿਹੜਾ ਵਜ਼ੀਰ ਆਜ਼ਮ ਦਾ ਕੋਟਾ ਹੁੰਦਾ ਹੈ 라ਵਲਪਿੰਡੀ ਦੇ ਵਿੱਚ ਉੱਥੋਂ ਬਾਜੀ ਆਖਿਆ ਨਹੀਂ ਮੈਂ ਸਭ ਤੋਂ ਵੱਡੇ ਮੈਡੀਕਲ ਕਾਲਜ ਜਾਣਾ ਇੰਜੀਨੀਅਰਿੰਗ ਹਾਲ ਰਹਿਣੀ ਪੜਾ ਭਵੇਂ ਮੈਂ ਨਾ ਪਰ ਜਾਣਾ ਮੈਂ ਸਭ ਤੋਂ ਵੱਡੇ ਮੈਡੀਕਲ ਕਾਲਜ ਤੇ ਬਾਜੀ ਆ ਗਈ ਕਿੰਗ ਐਡਵਰਡ ਮੈਡੀਕਲ ਕਾਲਜ ਉਤੋਂਰ ਬਾਜੀ ਨੂੰ ਫੇਲ ਕਰਕੇ ਉਹਨਾਂ ਕੱਢ ਦਿੱਤਾ ਬੜਾ ਹੀ ਭੜੇ ਨੇ ਕਿੰਗ ਐਡਵਰਡ ਵਾਲੇ ਬੜਾ ਹੀ ਭੜੇ ਨੇ ਇਹਨਾਂ ਦਾ ਕੋਈ ਪਾ ਕਰਨਾ ਚਾਹੀਦਾ ਮੈਨੂੰ ਅਜੇ ਤੱਕ ਸਮਝ ਨਹੀਂ ਬਾਜੀ ਨੇ ਇਹਨਾਂ ਨੂੰ ਬੰਦ ਕਿਉਂ ਨਹੀਂ ਕੀਤਾ ਅਜੇ ਤੱਕ ਬਾਜੀ ਜਿਸ ਦਿਨ ਵਾਸ ਚੱਲਿਆ ਨਾ ਕਿੰਗ ਐਡਵਰਡ ਵਾਲੇ ਉਹ ਜੋ ਤਗੜੇ ਤੁਹਾਨੂੰ ਬੰਦ ਵੀ ਕਰੇਗੀ ਬਾਜੀ ਤੁਹਾਡੇ ਕਾਲਜ ਨੂੰ ਤੇ ਜਿਨ੍ਹਾਂ ਨੂੰ ਪਹਿਲਾਂ ਡਿਗਰੀਆਂ ਦਿੱਤੀਆਂ ਉਹਨਾਂ ਦੀਆਂ ਡਿਗਰੀਆਂ ਵੀ ਕੈਨਸਲ ਕਰੇਗੀ ਬਾਜੀ ਤੁਹਾਡੀ ਐਸੀ ਦੀ ਤੈਸੀ ਤੁਸੀਂ ਸਾਡੀ ਬਾਜੀ ਨੂੰ ਹੀ ਬਾਹਰ ਕੱਢ ਦਿੱਤਾ ਕਲਾਸ ਚ ਕੀ ਹੋਇਆ ਜੇ ਬਾਜੀ ਨਲਾਇਕ ਸੀ ਇੱਕ ਦਿਨ ਇਹਨੇ ਤੁਸੀਂ ਲਾਇਕ ਲੋਕਾਂ ਨੂੰ ਟਿਕਟ ਆਪਣੀਆਂ ਉਹ ਦਿੱਤੀਆਂ ਨੇ ਡਿਗਰੀਆਂ ਜੇ ਇੱਕ ਨਲਾਇਕ ਨੂੰ ਦੇ ਦਿੰ ਬੇੜਾ ਘਰੇ ਕੋਈ ਤੁਹਾਡਾ ਤੁਸੀਂ ਮਤਲਬ ਇੱਕ ਨਲਾਇਕ ਨੂੰ ਦੇ ਦਿੰਦੇ ਤੁਸੀਂ ਸਾਡੀ ਬਾਜੀ ਨੂੰ ਤੇ ਕੀ ਹੋ ਜਾਣਾ ਸੀ ਬਹਰਲ ਜੀ ਕੰਮ ਇੱਥੇ ਨਹੀਂ ਮੁੱਕਿਆ ਇਹ ਹੁਣ ਵੇਖੋ ਵੀਡੀਓ ਇਹ ਵੀਡੀਓ ਤੁਹਾਨੂੰ ਬੁਖਾਰੀ ਇਹ ਕਿ ਇਹ ਜਿਹੜਾ ਕਬੂਤਰ ਬੈਠਾ ਸੀ ਨਾ ਮੀਆਂ ਸਾਹਿਬ ਦੇ ਉੱਤੇ ਆ ਕੇ ਇਹ ਇੱਕ ਕਬੂਤਰ ਬਾਦ ਵਿਚਾਰੇ ਨੂੰ 1,58,000 ਰੁਪਿਆ ਦੇਣ ਦਾ ਲਾਰਾ ਲਾਇਆ ਗਿਆ ਤਿੰਨ ਦਿਨ ਉਹਨੂੰ ਜ਼ਲੀਲ ਕੀਤਾ ਗਿਆ ਪਹਿਲਾਂ ਪਹਿਲਾਂ ਉਹਨੂੰ ਰੱਖਿਆ ਗਿਆ ਉਥੇ ਆਪਣਾ ਉਹਨੂੰ ਲੈ ਕੇ ਗਏ ਸਿੱਧਾ ਜਿਹੜਾ ਇਹਨਾਂ ਦਾ ਘਰ ਹੈ ਜਾਤੀ ਉਮਰਾ ਉਥੇ ਉਥੇ ਨਵਾਜ਼ ਸ਼ਰੀਫ ਸਾਹਿਬ ਤੋਂ ਪਹਿਲਾਂ ਉਹਨਾਂ ਪ੍ਰੈਕਟਿਸ ਕਰਾਈ ਪੀਓਸ ਕੁਰਸੀ ਤੇ ਲਿਆ ਕੇ ਬੋਣਾ ਫਿਰ ਨਵਾਜ਼ ਸ਼ਰੀਫ ਸਾਹਿਬ ਨੂੰ ਬੁਾਇਆ ਉਹਨਾਂ ਦੇ ਉੱਤੇ ਬੋਣਾ ਫੇਰ ਲਿਆ ਕੇ ਜਲਸਾਗਾਹ ਦੇ ਵਿੱਚ ਉਹਦੀ ਕਿਸੇ ਹੋਰ ਬੰਦੇ ਨਾਲ ਟ੍ਰੇਨਿੰਗ ਕੀਤੀ ਤੇ ਉਸ ਗਰੀਬ ਨੂੰ ਬਸ ਇਹ ਦੱਸਿਆ ਸੀ ਕਿ ਥੱਲੇੋਂ ਕਬੂਤਰ ਨੂੰ ਛੱਡਣਾ ਜਿਵੇਂ ਕਬੂਤਰ ਤੁਹਾਨੂੰ ਪਿੰਡਾਂ ਦੇ ਬੰਦੇ ਨੂੰ ਪਤਾ ਛਤਰੀਆਂ ਤੇ ਬੈਂਦੇ ਨੇ ਉਹ ਜਿੱਥੇ ਛਤਰੀ ਲਾ ਦੇ ਉਹਦੀ ਟ੍ਰੇਨਿੰਗ ਕੀਤੀ ਕਿ ਉਹਨੇ ਮਾਈਕ੍ਰੋਫੋਨ ਤੇ ਜਾ ਕੇ ਬਹਿਣਾ ਤੇ ਉੱਥੋਂ ਜਿਹੜਾ ਵੀ ਉਹਨੂੰ ਹੱਥ ਤੇ ਬਹਾ ਲੇਗਾ ਉਹਦੇ ਹੱਥ ਤੇ ਬਹਿਣਾ ਇਹ ਜਨਾਬ ਪਿਛਲੇ 3-4 ਦਿਨ ਦਬਾ ਕੇ ਉਹਦੀ ਟ੍ਰੇਨਿੰਗ ਕੀਤੀ ਗਈ 1,58,000 ਰੁਪਇਆ ਕਿ 56,000 ਰੁਪਇਆ ਉਹਨੂੰ ਦੇਣ ਦੀ ਜਿਹੜੀ ਉਹ ਵਾਦਾ ਕੀਤਾ ਗਿਆ ਗਰੀਬ ਆਦਮੀ ਨੂੰ ਇਹ ਸਾਡੇ ਕੋ ਮਬਈਨਾ ਤੌਰ ਤੇ ਰਿਪੋਰਟਡ ਇਹ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਤੁਹਾਨੂੰ ਬਾਜੀ ਦੱਸੇਗੀ ਤੇ ਉਹ ਜਨਾਬ ਉਹ ਵਿਚਾਰੇ ਨੇ ਕਰਤਬ ਕੀਤਾ ਉਥੇ ਤੇ ਉਹਦੇ ਰੁਪਈਏ ਕੋਈ ਨਹੀਂ ਜੇ ਦਿੱਤੇ ਉਹਨੂੰ ਬਾਅਦ ਦੇ ਵਿੱਚ ਉੰਜ ਹੀ ਫਾਰਕ ਕਰਤਾ ਹੁਣ ਉਹ ਮਾਰਾ ਮਾਰਾ ਫਿਰਦਾ ਹੈ ਮਗਰ ਤੇ ਉਹਨੂੰ ਹਜੇ ਤੱਕ ਉਹਦੇ ਰੁਪਈਏ ਪੂਰੇ ਨਹੀਂ ਮਿਲੇ ਇਹ ਜਨਾਬ ਰੰਗਬਾਜ਼ੀ ਤੁਹਾਡੇ ਨਾਲ ਕੀਤੀ ਗਈ ਹੈ ਇਹ ਮੁੱਦਾ ਤੁਹਾਡੇ ਸਾਹਮਣੇ ਰੱਖਣਾ ਸੀ ਉਹਦੀ وجہ ਇਹ ਹੈ ਕਿ ਤੁਸੀਂ ਸਾਰੇ ਐਵੇਂ ਗੁੱਸੇ ਸੋ ਵਿਚਾਰੇ ਮਾਸੂਮ ਕਬੂਤਰ ਤੇ ਔਰ ਤੁਸੀਂ ਆਂਦੇ ਸੋ ਕਿ ਚਲੋ ਇਨਸਾਨਾਂ ਨੂੰ ਤੇ ਭੈੜੇ ਚੰਗੇ ਬੰਦੇ ਦਾ ਨਹੀਂ ਪਤਾ ਜਾਨਵਰਾਂ ਨੂੰ ਤੇ ਰੱਬ ਨੇ ਅਕਲ ਦਿੱਤੀ ਹੈ ਬਹੁਤੀ ਉਹ ਯਾ ਚਲੋ ਇਨਸਾਨਾਂ ਨੂੰ ਅਕਲ ਹੈਗੀ ਪਰ ਉਹ ਲਾਲਚ ਦੇ ਵਿੱਚ ਚਲੋ ਲਾਗੇ ਲੱਗ ਜਾਂਦੇ ਨੇ ਤੇ ਤੁਹਾਡਾ ਗੁੱਸਾ ਕਬੂਤਰ ਤੇ ਸੀ ਕਿ ਚਲੋ ਇਨਸਾਨਾਂ ਨੂੰ ਜੋ ਵੀ ਹੈ ਕਬੂਤਰਾਂ ਨੂੰ ਤਾਂ ਰੱਬ ਨੇ ਇੰਨੀ ਸੈਂਸ ਦਿੱਤੀ ਹੋਈ ਹੈ ਜਾਨਵਰਾਂ ਨੂੰ ਕਿ ਭੈੜੇ ਬੰਦੇ ਦੇ ਲਾਗੇ ਨਹੀਂ ਲੱਗਣਾ ਤੇ ਇਹ ਨਵਾਜ਼ ਸ਼ਰੀਫ ਸਾਹਿਬ ਦੇ ਇੰਜ ਕਰਕੇ ਜਿਹੜਾ ਜਨਾਬ ਜਾ ਕੇ ਹੱਥ ਦੇ ਉੱਤੇ ਕਬੂਤਰ ਕਿਉਂ ਖਲੋ ਗਿਆ ਇਹ ਮੈਨੂੰ ਪਤਾ ਹੈ ਤੁਹਾਨੂੰ ਵੱਟ ਸੀ ਸਾਰਿਆਂ ਨੂੰ ਤੇ ਮੈਂ ਕਹਾਂ ਮੈਂ ਤੁਹਾਡੇ ਕੀ ਗੱਲ ਰੱਖਦੇ ਆ ਕਿ ਇਹ ਉਹੋ ਜਿਹਾ ਹੀ ਕੰਮ ਹੈ ਜਿਵੇਂ ਜਨਵਾਸ਼ੀਰ ਸਿੰਘ ਸਾਹਿਬ ਨੇ ਕੁਲੀ ਬਣ ਕੇ ਕ੍ਰਿਕਟ ਖੇਡਣ ਦਾ ਕਾਰਨਾਮਾ ਕੀਤਾ ਸੀ ਤੇ ਰੰਗੀਲੇ ਦੀ ਫਿਲਮ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਅਸੀਂ ਹੀਰੋ ਬਣਨਾ ਸੀ ਤੇ ਫਿਰ ਅਸਾਂ ਸਿਆਸਤ ਤੇ ਹਾਸੇ ਦੇ ਕੀਤੇ ਤੇ ਜਿਵੇਂ ਮੇਰੀ ਨਲੈਗ ਬਾਜੀ ਨੇ ਡਾਕਟਰ ਬਣਨਾ ਸੀ ਐਵੇਂ ਹੀ ਕਬੂਤਰ ਬੈਠਾ ਜੇ ਕਰਤਬ ਇਸ ਟੱਬਰ ਕੋਲੋਂ ਜਿੰਨੇ ਮਰਜ਼ੀ ਕਰਾ ਲਓ ਉਹ ਤੁਸੀਂ ਵੇਖਿਆ ਸੀ ਉਹ ਕੁਮਕਮ ਵਾਲੀ ਐਕਟਿੰਗ ਪੂਰੀ ਮੇਰੀ ਬਾਜੀ ਨੇ ਕੀਤੀ ਕبھی ਸਾਸ ਵੀ ਬਾਬੂ ਥੀ ਡਰਾਮੇ ਦੇ ਵਿੱਚ ਇੱਕ ਕੁਮਕਮ ਹੁੰਦੀ ਸੀ ਸਟੇਜ ਦੇ ਉੱਤੇ ਖਲੋ ਕੇ ਜਦੋਂ ਫਿਰ ਰੋਣੇ ਰੋਏ ਨੇ ਬਾਜੀ ਨੇ ਤੇ ਬਹਰਲ ਰੌਲਾ ਤੁਹਾਡੇ ਸਾਹਮਣੇ ਰੱਖਣਾ ਸੀ ਇਹ ਕਿ ਕਬੂਤਰ ਦੇ ਉੱਤੇ ਗੁੱਸਾ ਨਾ ਕਰੋ ਖੁਦਾ ਦਾ ਵਾਸਤਾ ਜੇ ਕਬੂਤਰ ਗਰੀਬ ਦਾ ਕੋਈ ਕਸੂਰ ਨਹੀਂ ਇਹ ਟੱਬਰੀ ਇਹੋ ਜਿਹਾ ਦੂਜੇ ਪਾਸੇ ਇਸ ਆਗਦਾਰ ਸਾਹਿਬ ਦੇ ਅਕਾਊਂਟ ਤੋਂ ਅਚਾਨਕ ਨਿਕਲ ਆਏ 83 ਕਰੋੜ ਰੁਪਏ ਹਾਂਜੀ 83 ਕਰੋੜ ਰੁਪਇਆ ਸਾਗਦਾਰ ਸਾਹਿਬ ਦੇ ਅਕਾਊਂਟ ਦੇ ਵਿੱਚੋਂ ਨਿਕਲ ਆਏ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਭਾਈ ਜੀ ਇਹ ਕਿੱਥੋਂ ਆਏ ਨੇ ਤੁਹਾਡੇ ਕੋਲ ਰੁਪਏ ਨੇ ਇਹਦਾ ਕੀ ਕਿੱਥੋਂ ਲਿਆਂਦੇ ਜੇ वैसे तो उन्होंने कहना चाहिए था जीਵੇਂ डबल शाह ਹੁੰਦਾ ਸੀ ਮੈਂ ਡਬਲ ਕਰਨਾ ਪੈਸੇ ਲੇਕਿਨ ਉਹਨਾਂ ਨੇ ਇਹ ਗੱਲ ਕਹੀ ਨਹੀਂ ਮਿਹਰਬਾਨੀ ਉਹਨਾਂ ਦੀ ਉਹਨਾਂ ਆਕੇ ਜੀ ਮੈਨੂੰ ਤੇ ਕਰਬੀ शेख ਨੇ ਦਿੱਤੇ ਨੇ ਅਰਬੀ ਸ਼ੇਖ ਕੋਲੋਂ ਪੈੜਾ ਜਿਹਾ ਉਹਨਾਂ ਇੱਕ ਲੈਟਰ ਲਗਵਾ ਲਿਆ ਕਿ ਜੀ ਇਹ ਮੈਂ ਦਿੱਤੇ ਨੇ ਤੇ ਸਾਗ达ਰ ਸਾਹਿਬ ਨੇ ਕਿਹਾ ਮੈਨੂੰ ਤਨਖਾਹ ਲਬਦੀ ਰਹੀ ਹੈ ਤੇ ਕੋਣ 83 ਕਰੋੜ ਦਿੱਤੀ ਤਨਖਾਹ ਤੇ ਹੁਣ ਤੁਹਾਨੂੰ ਪਤਾ ਕਿਸੇ ਅਕਾਊਂਟ ਚ ਆਉਂਦੀ ਹੈ ਕਿਸੇ ਚੈੱਕ ਦੇ ਥਰੂ ਆਉਂਦੀ ਹੈ ਕੋ ਮਹੀਨੇ ਦੀ ਤਨਖਾਹ ਅਰਬੀ ਨੇ ਇੱਕ ਵਾਰੀ ਲੇਖਤਾ ਮੈਂ 83 ਕਰੋੜ ਦਿੱਤਾ ਹੈ ਤੇ ਬਸ ਉਹ ਬਖਾਇਆ ਗਿਆ ਅੱਜ ਕੱਲ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਵੇਂ ਗੰਨੇ ਪੀੜੀ ਦੇ ਨੇ ਉੰਜ ਕੰਮ ਸਿੱਧਾ ਕੀਤਾ ਹੋਇਆ ਹੈ ਸ਼ਰੀਫਾਂ ਨੂੰ ਮौजਾਂ ਹੀ ਮौजਾਂ ਨੇ ਉਹਨਾਂ ਦੀ ਸੱਤੇ ਹੀ ਕਿਉਂ ਜਨੇ ਤੇ ਸਿਰ ਕੜਾਈ ਜਾਏ ਤੇ ਅੱਜ ਕੱਲ ਉਹਨਾਂ ਨੂੰ ਹਰ ਸ਼ੈ ਦਾ ਰਿਲੀਫ ਮਿਲ ਰਿਹਾ ਹੈ ਤੇ ਇਸੇ ਤਰ੍ਹਾਂ ਸਾਗਦਾਰ ਸਾਹਿਬ ਨੂੰ ਵੀ ਪਾਕ ਸਾਫ ਕਰਕੇ ਤੇ ਜਨਾਬੇ ਵਾਲਾ ਬਾਹਰ ਕੱਢ ਦਿੱਤਾ ਗਿਆ ਹੈ ਮਾਮਲੇ 'ਚ ਤੇ ਲੇਕਿਨ ਇਹ ਪਕੜ ਹੋ ਜਾਣੀ ਹੈ ਛੇਤੀ ਪਰੇਸ਼ਾਨੀ ਦੀ ਗੱਲ ਕੋਈ ਨਹੀਂ ਇਹ ਦਿਨ ਥੋੜੇ ਹੀ ਨੇ ਇਹ ਜਦੋਂ ਬੰਦਰ ਆਤਮਾਚੇਸ ਆਵੇ ਨਾ ਤੋ ਬਿਲਕੁਲ ਅਜੀ ਕੋਈ ਸ਼ੱਕ ਨਹੀਂ ਇਧਰ ਉਧਰ ਅੱਗ ਲਾਉਂਦਾ ਫਿਰਦਾ ਹੈ ਲੇਕਿਨ ਇਹ ਚੇਤੇ ਰੱਖਿਓ ਵੀ ਆਖਰ ਤੇ ਬੰਦਰ ਆਪਣੇ ਪਹਿਰੀ ਸਾੜ ਲੈਂਦਾ ਹੁੰਦਾ ਹੈ ਕਿਸੇ ਖੋਰੀ ਸ਼ੋਰੀ ਨੂੰ ਅੱਗ ਲਾ ਕੇ ਇਹ ਕੰਮ ਸ਼ਰੀਫਾਂ ਨਾਲ ਵੀ ਇਹੀ ਹੋਣਾ ਹੈ ਥੋੜੇ ਦਿਨ ਢੀਕ ਲੋ ਤੁਸੀਂ ਵੇਖਣਾ ਵੀ ਬਣਨਾ ਕੀ ਐ ਇਸ ਵੇਲੇ ਮੈਨੂੰ ਪਤਾ ਹੈ ਤੁਸੀਂ ਬੜੇ ਉਦਾਸ ਪਰੇਸ਼ਾਨ ਹੁੰਦੇ ਹੋਏ ਵੇਖ ਕੇ ਕਿ ਇਹ ਚੋਰਾਆਂ ਦੀਆਂ ਮੌਜਾਂ ਕਿਵੇਂ ਲੱਗੀਆਂ ਨੇ ਪਰ ਥੋੜੇ ਦਿਨ ਰੁਕ ਜਾਓ ਇਹ ਕੰਮ ਭੈੜਿਆਂ ਕੰਮਾਂ ਦਾ ਅੰਜਾਮ ਭੈੜਾ ਹੀ ਹੁੰਦਾ ਹੈ ਲਓ ਜੀ ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ